ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਇਸ YouTube ਚੈਨਲ ਤੇ ਅੱਜ ਮੈਂ ਤੁਹਾਨੂੰ ਜਮਾਤ 8ਵੀਂ ਕੰਪਿਊਟਰ ਸਾਇੰਸ ਪਾਰਟ 2 ਇੰਟਰਨੈਟ ਫੰਡamentals ਇਸ ਬਾਰੇ ਪੜ੍ਹਾਵਾਂਗਾ ਇਸ ਪਾਠ ਦਾ ਉਦੇਸ਼ ਇੰਟਰਨੈਟ ਕੀ ਹੈ ਇੰਟਰਨੈਟ ਦਾ ਇਤਿਹਾਸ ਇੰਟਰਨੈਟ ਦੀਆਂ ਜ਼ਰੂਰਤਾਂ ਇੰਟਰਨੈਟ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਇੰਟਰਨੈਟ ਕਨੈਕਸ਼ਨ ਮੋਡਮ ਅਤੇ ਇਸ ਦੀਆਂ ਕਿਸਮਾਂ ਇੰਟਰਨੈਟ ਸਰਵਿਸ ਪ੍ਰੋਵਾਈਡਰ ਇੰਟਰਨੈਟ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਇੰਟਰਨੈਟ ਦੀ ਵਰਤੋਂ ਇੰਟਰਨੈਟ ਦੀ ਵਰਤੋਂ ਕਰਨ ਲਈ ਵਰਤੇ ਜਾਂਦੇ ਸਾਧਨ ਅਤੇ ਹੁਨਰ ਵੈਬ ਬ੍ਰਾਊジング ਇੱਕ ਇੱਕ ਕਰਕੇ ਇਹਨਾਂ ਉਦੇਸ਼ਾਂ ਬਾਰੇ ਪੜਾਂਗੇ ਜਾਣ ਪਛਾਣ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਕੱਲ ਦਾ ਜਮਾਨਾ ਨੈਟ ਦਾ ਜਮਾਨਾ ਹੈ ਅੱਜ ਕੱਲ ਹਰ ਕੰਮ ਇੰਟਰਨੈਟ ਤੇ ਕੀਤਾ ਜਾਂਦਾ ਹੈ ਕੋਈ ਵੀ ਆਪਾਂ ਫਾਰਮ ਭਰਨਾ ਹੈ ਚਾਹੇ ਕੋਈ ਟ੍ਰਾਂਜੈਕਸ਼ਨ ਕਰਨੀ ਹੈ ਪੈਸਾ ਦੂਸਰੇ ਨੂੰ ਭੇਜਣਾ ਹੈ ਪੈਸਾ ਰਿਸੀਵ ਕਰਨਾ ਹੈ ਬਿੱਲ ਪੇ ਕਰਨਾ ਹੈ ਸ਼ਾਪਿੰਗ ਕਰਨੀ ਹੈ ਅੱਜ ਕੱਲ ਸਭ ਕੁਝ ਆਨਲਾਈਨ ਇੰਟਰਨੈਟ ਤੇ ਹੋ ਰਿਹਾ ਹੈ ਤਾਂ ਇੰਟਰਨੈਟ ਕੀ ਹੈ ਇਹ ਕਿਵੇਂ ਹੋਂਦ 'ਚ ਆਇਆ ਇਸ ਦੀ ਖੋਜ ਕਿੱਥੋਂ ਕੀਤੀ ਗਈ ਇਸ ਬਾਰੇ ਪੜਾਂਗੇ 1986 ਵਿੱਚ ਨੈਸ਼ਨਲ ਸਾਇੰਸ ਫਾਊਂਡੇਸ਼ਨ ਜਿਸ ਦਾ ਸ਼ਾਰਟ ਫਾਰਮ ਹੈ ਐਨ ਐਸ ਐਫ ਨਾ ਦਾ ਇੱਕ ਨੈਟਵਰਕ ਬਣਾਇਆ ਇਹਨਾਂ ਨੈਟਵਰਕਾਂ ਵਿੱਚ ਸੁਪਰ ਕੰਪਿਊਟਰ ਜਿਵੇਂ ਕਿ ਤੁਸੀਂ ਪਿਛਲੀਆਂ ਕਲਾਸਾਂ ਵਿੱਚ ਪੜ ਚੁੱਕੇ ਹੋ ਸੁਪਰ ਕੰਪਿਊਟਰ ਬਹੁਤ ਹੀ ਸ਼ਕਤੀਸ਼ਾਲੀ ਕੰਪਿਊਟਰ ਹੁੰਦਾ ਹੈ ਦੀ ਸਾਂਝੀ ਵਰਤੋਂ ਕੀਤੀ ਜਾਂਦੀ ਸੀ ਸੁਪਰ ਕੰਪਿਊਟਰ ਬਹੁਤ ਵੱਡਾ ਅਤੇ ਸ਼ਕਤੀਸ਼ਾਲੀ ਕੰਪਿਊਟਰ ਹੁੰਦਾ ਹੈ ਜੋ ਕਿ ਵਿਗਿਆਨਿਕ ਕੰਮਾਂ ਲਈ ਵਰਤਿਆ ਜਾਂਦਾ ਹੈ 1990 ਵਿੱਚ ਡਿਫੈਂਸ ਡਿਪਾਰਟਮੈਂਟ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਇਹ NSF ਨੈਟਵਰਕ ਵਿੱਚ ਮਰਜ ਹੋ ਗਿਆ ਇਸ ਤੋਂ ਬਾਅਦ ਇਹ ਕਈ ਹੋਰ ਨੈਟਵਰਕਾਂ ਨਾਲ ਜੋੜਿਆ ਗਿਆ ਇਸ ਦੇ ਪ੍ਰਣਾਮ ਵੱਜੋਂ ਇੰਟਰਨੈਟ ਹੋਂਦ ਵਿੱਚ ਆਇਆ ਜੋ ਕਿ ਅਸੀਂ ਅੱਜਕੱਲ ਵਰਤ ਰਹੇ ਹਾਂ ਇਹ ਚਿੱਤਰ ਵੀ ਤੁਸੀਂ ਦੇਖ ਸਕਦੇ ਹੋ ਕਿ ਵੈਬ ਯੂਜ਼ਰ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਇਹਨਾਂ ਦਾ ਨੈਟ ਬਣਦਾ ਹੈ ਇੱਕ ਕੰਪਿਊਟਰ ਦੇ ਨਾਲ ਦੂਸਰਾ ਕੰਪਿਊਟਰ ਵੈਬ ਸਰਵਰ ਇੰਟਰਨੈਟ ਸਰਵਿਸ ਪ੍ਰੋਵਾਈਡਰ ISP ਜਿਸ ਨੂੰ ਕਿਹਾ ਜਾਂਦਾ ਹੈ ISP ਆਪਾਂ ਨੂੰ ਕਨੈਕਸ਼ਨ ਅੱਗੇ ਦਿੰਦਾ ਹੈ ਇਹ ਜੋ ਕੰਪਿਊਟਰ ਇੱਕ ਦੂਸਰੇ ਦੇ ਨਾਲ ਸਾਰੇ ਜੁੜੇ ਰਹਿੰਦੇ ਹਨ ਇਹਨਾਂ ਦਾ ਇੱਕ ਬਹੁਤ ਵੱਡਾ ਜਾਲ ਬਣਦਾ ਹੈ ਜਿਸ ਤੋਂ ਪੂਰਾ ਇੰਟਰਨੈਟ ਆਪਾਂ ਯੂਜ਼ ਕਰਦੇ ਹਾਂ ਇੰਟਰਨੈਟ ਕੀ ਹੈ ਅੱਜ ਦੇ ਸਮੇਂ ਵਿੱਚ ਇੰਟਰਨੈਟ ਮਨੁੱਖ ਨੂੰ ਇੱਕ ਬਹੁਤ ਵੱਡੀ ਦੇਣ ਹੈ ਇਹ ਇੱਕ ਬਹੁਤ ਉੱਤਮ ਤਕਨੀਕ ਹੈ ਇੰਟਰਨੈਟ ਨੇ ਪੂਰੀ ਦੁਨੀਆ ਸਾਡੀ ਮੁਠੀ ਵਿੱਚ ਸਮੇਟ ਕੇ ਰੱਖ ਦਿੱਤੀ ਹੈ ਆਓ ਹੁਣ ਇੰਟਰਨੈਟ ਕੀ ਹੈ ਇਸ ਸਬੰਦੇ ਜਾਣਕਾਰੀ ਹਾਸਲ ਕਰੀਏ ਇੰਟਰਨੈਟ ਦਾ ਅਰਥ ਇਸ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਇਸ ਦਾ ਅਰਥ ਹੈ ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਸ ਇੰਟਰਨੈਟ ਦਾ ਅਰਥ ਹੈ ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਸ ਜਦੋਂ ਦੋ ਜਾਂ ਦੋ ਤੋਂ ਵੱਧ ਕੰਪਿਊਟਰ ਆਪਸ ਵਿੱਚ ਜੁੜਦੇ ਹਨ ਤਾਂ ਇੱਕ ਨੈਟਵਰਕ ਬਣਦਾ ਹੈ ਨੈਟਵਰਕ ਇੰਟਰਨੈਟ ਨੈਟਵਰਕਾਂ ਦਾ ਇੱਕ ਵਿਸ਼ਾਲ ਨੈਟਵਰਕ ਹੈ ਜੋ ਸੰਸਾਰ ਵਿੱਚ ਫੈਲੇ ਲੱਖਾਂ ਕੰਪਿਊਟਰਾਂ ਤੋਂ ਬਣਿਆ ਹੁੰਦਾ ਹੈ ਇੰਟਰਨੈਟ ਇੱਕ ਮਾਊਸ ਤੇ ਕਲਿੱਕ ਕਰਨ ਤੇ ਨਾਲ ਹੀ ਦੁਨੀਆ ਵਿੱਚ ਫੈਲੀ ਸੂਚਨਾ ਨੂੰ ਸਾਂਝਾ ਕਰਨ ਦੀ ਅਗਿਆ ਦਿੰਦਾ ਹੈ ਜਿਵੇਂ ਆਪਾਂ ਗੂਗਲ ਦੇ ਉੱਪਰ ਸਰਚ ਕਰਦੇ ਹਾਂ ਸਿਰਫ ਇੱਕ ਟਾਈਪਿੰਗ ਕਰਕੇ ਕਲਿੱਕ ਕਰਦੇ ਹਾਂ ਓਕੇ ਤੇ ਜਾਂ ਸਰਚ ਤੇ ਔਰ ਆਪਾਂ ਨੂੰ ਪੂਰੀ ਦੀ ਪੂਰੀ ਜਾਣਕਾਰੀ ਚਾਹੇ ਆਪਾਂ ਭਾਰਤ ਵਿੱਚ ਬੈਠੇ ਆਪਾਂ ਨੂੰ ਅਮਰੀਕਾ ਕੈਨੇਡਾ ਦੁਨੀਆ ਦੇ ਸਾਰੇ ਦੇਸ਼ਾਂ ਦੀ ਜਾਣਕਾਰੀ ਆਪਾਂ ਇੱਕ ਥਾਂ ਤੇ ਬੈਠੇ ਹਾਸਲ ਕਰ ਸਕਦੇ ਹਾਂ ਇੰਟਰਨੈਟ ਦਾ ਇਤਿਹਾਸ 1969 ਵਿੱਚ ਜਦੋਂ ਮਨੁੱਖ ਨੇ ਚੰਨ ਤੇ ਕਦਮ ਰੱਖਿਆ ਯੂਨਾਈਟਿਡ ਸਟੇਟਸ ਸੁਰੱਖਿਆ ਵਿਭਾਗ ਯੂਐਸ ਡਿਫੈਂਸ ਡਿਪਾਰਟਮੈਂਟ ਨੇ ਅੱਗੇ ਖੋਜ ਕਰਨ ਲਈ ਇੱਕ ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ ਦੀ ਸਥਾਪਨਾ ਕੀਤੀ ਉਹਨਾਂ ਨੇ ਚਾਰ ਕੰਪਿਊਟਰਾਂ ਦਾ ਇੱਕ ਨੈਟਵਰਕ ਬਣਾਇਆ ਤਾਂ ਜੋ ਡਾਟਾ ਦੀ ਸਾਂਝ ਕੀਤੀ ਜਾ ਸਕੇ ਇਸ ਨੈਟਵਰਕ ਨੂੰ ਆਰਪਾ ਨੈਟ ਆਰਪਾ ਨੈਟ ਇਹਦਾ ਪੂਰਾ ਨਾਮ ਹੈ ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ ਨੈਟਵਰਕ ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ ਨੈਟਵਰਕ ਦਾ ਨਾਮ ਦਿੱਤਾ ਗਿਆ ਕਈ ਯੂਨੀਵਰਸਿਟੀਆਂ ਇਸ ਨੈਟਵਰਕ ਨਾਲ ਜੁੜ ਗਈਆਂ ਇਸ ਤਰ੍ਹਾਂ ਕੰਪਿਊਟਰ ਨੈਟਵਰਕਿੰਗ ਦੀ ਸ਼ੁਰੂਆਤ ਹੋਈ ਹੌਲੀ-ਹੌਲੀ ਇਹ ਚੀਜ਼ ਵਧਦੀ ਗਈ ਅਤੇ ਇੰਟਰਨੈਟ ਦਾ ਜਨਮ ਹੋਇਆ ਇਹ ਇੱਕ ਅਜਿਹੀ ਤਕਨੀਕ ਹੈ ਜਿਸ ਨੇ ਸਾਡੇ ਜੀਵਨ ਨੂੰ ਬਦਲ ਦਿੱਤਾ ਹੈ ਬਹੁਤ ਪਹਿਲਾਂ ਇੰਟਰਨੈਟ ਸਿਰਫ ਵਿਗਿਆਨੀ ਇੰਜੀਨੀਅਰਾਂ ਅਤੇ ਕੰਪਿਊਟਰ ਮਾਰਾਂ ਦੁਆਰਾ ਖੋਜ ਕਰਨ ਲਈ ਵਰਤਿਆ ਜਾਂਦਾ ਸੀ ਹੌਲੀ ਹੌਲੀ ਇਹ ਸਾਰੀਆਂ ਪ੍ਰਾਈਵੇਟ ਕੰਪਨੀਆਂ ਅਤੇ ਆਮ ਲੋਕਾਂ ਦੁਆਰਾ ਵੀ ਵਰਤਿਆ ਜਾਣ ਲੱਗ ਗਿਆ ਇਸ ਦੇ ਵਰਤੋਂ ਹੁਣ ਸੰਦੇਸ਼ ਭੇਜਣ ਅਤੇ ਕੰਪਿਊਟਰਾਂ ਵਿੱਚ ਕਾਰ ਫਾਈਲਾਂ ਸ਼ੇਅਰ ਕਰਨ ਲਈ ਕੀਤੀ ਜਾਂਦੀ ਹੈ ਸਭ ਤੋਂ ਰੋਚਕ ਗੱਲ ਏ ਹੈ ਕਿ ਇੰਟਰਨੈਟ ਨੂੰ ਕਿਸੇ ਵੀ ਇੱਕ ਇਕਲੈਜੰਸੀ ਦੁਆਰਾ ਕੰਟਰੋਲ ਨਹੀਂ ਕੀਤਾ ਜਾਂਦਾ ਜੋ ਇੰਟਰਨੈਟ ਹੈ ਇਸ ਨਾਲ ਕਈ ਸਰਵਰ ਜੁੜੇ ਹੋਏ ਹਨ ਹਰ ਕੰਪਨੀ ਦਾ ਆਪਣਾ ਆਪਣਾ ਸਰਵਰ ਹੈ ਚਾਹੇ ਉਹ ਐਮਾਜ਼ਨ ਦਾ ਹੋਵੇ ਚਾਹੇ ਫਲਿੱਪਕਾਰਟ ਦਾ ਹੈ ਚਾਹੇ ਗੂਗਲ ਦਾ ਹੈ ਚਾਹੇ ਫੇਸਬੁੱਕ ਦਾ ਜਿੰਨੀਆਂ ਵੀ ਵੈਬਸਾਈਟਾਂ ਹਨ ਉਹਨਾਂ ਨੇ ਆਪਣੇ ਆਪਣੇ ਸਾਰਿਆਂ ਨੇ ਸਰਵਰ ਬਣਾਏ ਹੋਏ ਹਨ ਡਾਟਾ ਨੂੰ ਸਟੋਰ ਕਰਨ ਵਾਸਤੇ ਔਰ ਇਸ ਤਰ੍ਹਾਂ ਕਿੰਨੇ ਹੀ ਸਰਵਰ ਇੱਕ ਦੂਜੇ ਦੇ ਨਾਲ ਜੁੜੇ ਹੋਏ ਹਨ ਕਿਸੇ ਇੱਕ ਦੇ ਹੱਥ ਵਿੱਚ ਨਹੀਂ ਕਿ ਉਹਨਾਂ ਨੇ ਇੰਟਰਨੈਟ ਨੂੰ ਬੰਦ ਕਰ ਦੇਣਾ ਹੈ ਜੇਕਰ ਇੱਕ ਸਰਵਰ ਕੰਮ ਨਹੀਂ ਕਰਦਾ ਤਾਂ ਆਪਾਂ ਦੂਜੇ ਸਰਵਰ ਤੋਂ ਉਸ ਦੀ ਖੋਜ ਕਰ ਸਕਦੇ ਹਾਂ ਜੇਕਰ ਗੂਗਲ ਕੰਮ ਨਹੀਂ ਕਰਦਾ ਤਾਂ ਆਪਾਂ ਜਾਹੋ ਤੋਂ ਕੰਮ ਕਰ ਸਕਦੇ ਹਾਂ ਬਿੰਗ ਸਰਚ ਇੰਜਨ ਦੇ ਵਿੱਚ ਜਾ ਕੇ ਸਰਚ ਕਰ ਸਕਦੇ ਹਾਂ ਭਾਰਤ ਵਿੱਚ ਇੰਟਰਨੈਟ ਸੇਵਾਵਾਂ 15 ਅਗਸਤ 1995 ਵਿੱਚ BSNL ਨਾਮ ਦੀ ਸਰਕਾਰੀ ਕੰਪਨੀ ਦੁਆਰਾ ਸ਼ੁਰੂ ਕੀਤੀਆਂ ਗਈਆਂ ਕਈ ਪ੍ਰਾਈਵੇਟ ਕੰਪਨੀਆਂ ਜਿਵੇਂ ਕਿ Airtel, Reliance, CiFi, Tata ਆਦਿ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਸਭ ਤੋਂ ਪਹਿਲਾਂ BSNL ਨੇ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ BSNL ਨੇ ਵੀ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ Airtel, Vodafone, Reliance, Tata ਇਸ ਤਰ੍ਹਾਂ ਦੀਆਂ ਬਹੁਤ ਸੇਵਾਵਾਂ ਹਨ ਜੋ ਇੰਟਰਨੈਟ ਸਰਵਿਸ ਪ੍ਰੋਵਾਈਡ ਕਰਵਾਉਂਦੀਆਂ ਹਨ। ਅੱਜ ਕੱਲ੍ਹ ਇਸ ਤੋਂ ਬਿਨਾ ਉਹ ਵੀ ਪ੍ਰਾਈਵੇਟ ਕੰਪਨੀਆਂ ਜੋ ਜਾਨੀ ਕਿ ਲੋਕਲ ਨੈਟਵਰਕ ਪ੍ਰੋਵਾਈਡਰ ਆਈਐਸਪੀ ਦੇ ਤੌਰ ਤੇ ਕੰਮ ਕਰਦੀਆਂ ਹਨ ਇੰਟਰਨੈਟ ਲਈ ਜ਼ਰੂਰਤਾਂ ਇੰਟਰਨੈਟ ਨੂੰ ਚਲਾਉਣ ਵਾਸਤੇ ਆਪਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਇੰਟਰਨੈਟ ਦੀ ਵਰਤੋਂ ਕਰਨ ਲਈ ਸਾਨੂੰ ਹਾਰਡਵੇਅਰ ਅਤੇ ਸੌਫਟਵੇਅਰ ਦੋਵੇਂ ਸਾਧਨਾਂ ਦੀ ਜ਼ਰੂਰਤ ਪੈਂਦੀ ਹੈ ਹਾਰਡਵੇਅਰ ਚ ਕੀ ਕੀ ਚਾਹੀਦਾ ਹੈ ਇੱਕ ਪਰਸਨਲ ਕੰਪਿਊਟਰ ਜਿਸ ਦੀ ਸਪੀਡ 800 ਮੀਗਾਹਰਟਜ਼ ਤੋਂ ਯਾ ਇਹ ਤੋਂ ਜ਼ਿਆਦਾ ਹੋਵੇ ਰੈਮ ਘੱਟ ਤੋਂ ਘੱਟ 128MB ਪਰ ਅੱਜਕਲ ਜਿਵੇਂ ਤੁਸੀਂ ਜਾਣਦੇ ਹੋ ਕੰਪਿਊਟਰ ਜਾਂ ਲੈਪਟਾਪ ਘੱਟੋ ਘੱਟ 4GB ਦੀ ਰੈਮ ਨਾਲ ਵਿੱਚ ਹੁੰਦੀ ਹੈ ਟੈਲੀਫੋਨ ਲਾਈਨ ਕਨੈਕਸ਼ਨ ISDN ਔਰ ਜਿਸ ਦਾ ਫੁੱਲ ਫਾਰਮ ਹੈ ਇੰਟੀਗ੍ਰੇਟਿਡ ਸਰਵਿਸ ਇੰਟੀਗ੍ਰੇਟਿਡ ਸਰਵਿਸਿਜ਼ ਡਿਜੀਟਲ ਨੈਟਵਰਕ ਕਨੈਕਸ਼ਨ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਨ ਲਈ ਮੋਡਮ NIC नेटवर्क इंटरफेस कार्ड और सॉफ्टवेयर की चाहिदा है ऑपरेटिंग सिस्टम वो तो ऑलरेडी अपने कंप्यूटर ਦੇ ਵਿੱਚ ਹੁੰਦਾ ਹੀ ਹੈ ਵਿੰਡੋ ਐਕਸਪੀ ਵਿੰਡੋ 7 ਵਿੰਡੋ 8 ਲੀਨਕਸ ਜਾਂ ਕੋਈ ਇਸ ਤੋਂ ਬਿਨਾ ਹੋਰ ਕੋਈ অপারেটিং ਸਿਸਟਮ ਹੋ ਸਕਦਾ ਹੈ ਵੈਬ ਬ੍ਰਾਊਜ਼ਰ ਇੰਟਰਨੈਟ ਐਕਸप्लोरर ਮੌਂਜਲਾ ਫਾਇਰਫੌਕਸ ਗੂਗਲ ਕ੍ਰੋਮ ਆਦਿ और आईपी जो कि अपनो आईएसपी ਜਿਸ ਤੋਂ ਆਪਾਂ ਕਨੈਕਸ਼ਨ ਲੈਂਦੇ ਹਾਂ ਉਸ ਦੁਆਰਾ ਪ੍ਰੋਵਾਈਡ ਕਰਵਾਇਆ ਜਾਂਦਾ ਹੈ। ਇੰਟਰਨੈਟ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ। ਇੰਟਰਨੈਟ ਦੁਆਰਾ ਆਪਾਂ ਨੂੰ ਬਹੁਤ ਸਹੂਲਤਾਂ ਮਿਲਦੀਆਂ ਹਨ। ਸਭ ਤੋਂ ਪਹਿਲੀ ਜੋ ਸਹੂਲਤ ਹੈ ਦੁਨੀਆ ਭਰ ਦੀਆਂ ਖਬਰਾਂ ਤੇ ਜਾਣਕਾਰੀ। ਆਪਾਂ ਇੰਟਰਨੈਟ ਦੀ ਮਦਦ ਨਾਲ ਦੁਨੀਆ ਦੀਆਂ ਸਾਰੀਆਂ ਖਬਰਾਂ ਕਿਸੇ ਵੀ ਤਰ੍ਹਾਂ ਦੇ ਨਿਊਜ਼ਪੇਪਰ, ਮੈਗਜ਼ੀਨ ਜਾਂ ਇੰਪੋਰਟੈਂਟ ਨਿਊਜ਼ ਆਪਾਂ ਪੜ੍ਹ ਸਕਦੇ ਹਾਂ ਦੇਖ ਸਕਦੇ ਹਾਂ ਉਹਨਾਂ ਨੂੰ ਵੀਡੀਓ ਦੇਖ ਸਕਦੇ ਹਾਂ ਉਹਨਾਂ ਦੀ ਜਾਂ ਉਹਨਾਂ ਦੇ ਲਾਈਵ ਨਿਊਜ਼ ਆਪਾਂ ਦੇਖ ਸਕਦੇ ਹਾਂ ਸਕਾਰਾ ਅਤੇ ਮਨੋਰੰਜਨ ਇੰਟਰਨੈਟ ਦੁਆਰਾ ਸੇ ਆਪਣੇ ਮਨੋਰੰਜਨ ਲਈ ਕਿ ਤਰ੍ਹਾਂ ਦੇ ਸੌਫਟਵੇਅਰ ਖਰੀਦ ਅਤੇ ਡਾਊਨਲੋਡ ਕਰ ਸਕਦੇ ਹਾਂ ਜਿਵੇਂ ਕਿ ਗੇਮਸ ਗਾਣੇ ਫਿਲਮਾਂ ਚੁਟਕਲੇ ਕਹਾਣੀਆਂ ਆਦਿ ਤੀਸਰਾ ਹੈ ਆਨਲਾਈਨ ਸ਼ੋਪਿੰਗ ਇੰਟਰਨੈਟ ਦੇ ਵਰਤੋਂ ਨਾਲ ਅਸੀਂ ਆਨਲਾਈਨ ਸ਼ੋਪਿੰਗ ਕਰ ਸਕਦੇ ਹਾਂ ਜੋ ਵੀ ਸਮਾਨ ਆਪਾਂ Amazon ਜਾਂ Flipkart ਦੇ ਉੱਪਰ ਅਵੇਲੇਬਲ ਹੈ ਉਸ ਦਾ ਆਰਡਰ ਦੇ ਕੇ ਉਸ ਨੂੰ ਘਰ ਬੈਠੇ ਮੰਗਵਾ ਸਕਦੇ ਹਾਂ ਚਿੱਠੀਆਂ ਭੇਜਣਾ ਯਾਨੀ ਕਿ ਮੇਲਸ ਕਰਨਾ ਪਹਿਲੇ ਕੋਈ ਟਾਈਮ ਸੀ ਜਦੋਂ ਚਿੱਠੀ ਲਿਖ ਕੇ ਭੇਜੀ ਜਾਂਦੀ ਸੀ ਪਰ ਅੱਜ ਕੱਲ ਈਮੇਲ ਰਾਹੀਂ ਆਪਾਂ ਜੋ ਵੀ ਕੁਝ ਹੈ ਮੈਸੇਜ ਭੇਜਣਾ ਹੈ ਉਹ ਭੇਜ ਸਕਦੇ ਹਾਂ ਸਿਹਤ ਅਤੇ ਤੰਦਰੁਸਤੀ ਇੰਟਰਨੈਟ ਇੱਕ ਅਜਿਹਾ ਸਾਧਨ ਹੈ ਜਿਸ ਤੋਂ ਅਸੀਂ ਸਿਹਤ ਤੰਦਰੁਸਤੀ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਾਂ ਅਸੀਂ ਘਰ ਬੈਠੇ ਆਪਣੀ ਬਿਮਾਰੀ ਬਾਰੇ ਸਰਚ ਕਰ ਸਕਦੇ ਆ ਕਿ ਬਿਮਾਰੀ ਕਿਉਂ ਹੋਈ ਇਸ ਦਾ ਇਲਾਜ ਕੀ ਕਰਨਾ ਹੈ ਇਸ ਵਕਤ ਉਪਾਾਕੀ ਕਰਨਾ ਪਏਗਾ ਔਰ ਰਸਤੀਆਂ ਦਵਾਈਆਂ ਕਿਹੜੀਆਂ ਹਨ ਸੈਰ ਸਪਟਾ ਤਜਤਰਾ ਤੇ ਜਾਣ ਲਈ ਬੁਕਿੰਗ ਇੰਟਰਨੈਟ ਦੇ ਮਦਦ ਨਾਲ ਅਸੀਂ ਘਰ ਬੈਠੇ ਪਹਿਲਾਂ ਆਪਣਾ ਪਲਾਨ ਬਣਾ ਸਕਦੇ ਆ ਕਿ ਆਪਾਂ ਨੂੰ ਕਿੱਥੇ ਜਾਣਾ ਚਾਹੀਦਾ ਹੈ ਕਿੰਨੇ ਦਿਨ ਲੱਗਣਗੇ ਦੂਰੀ ਕਿੰਨੀ ਹੈ ਉੱਥੇ ਕੀ ਕੀ ਇੰਪੋਰਟੈਂਟ ਚੀਜ਼ਾਂ ਦੇਖਣ ਵਾਸਤੇ ਹਨ ਔਰ ਜਾਣ ਦਾ ਖਰਚਾ ਕਿੰਨਾ ਹੈ ਰੇਲਵੇ ਟਿਕਟਾਂ ਦਾ ਕਿੰਨਾ ਕਿਰਾਇਆ ਪੈਂਦਾ ਹੈ ਹਵਾਈ ਟ੍ਰੇਡ ਦਾ ਕਿੰਨਾ ਪਵੇਗਾ ਉੱਥੇ 에ਰਪੋਰਟ ਹੈ ਜਾਂ ਨਹੀਂ ਹੈ ਇਹ ਸਾਰੀ ਜਾਣਕਾਰੀ ਆਪਾਂ ਇੰਟਰਨੈਟ ਤੇ ਲੈ ਸਕਦੇ ਹਾਂ ਚੈਟਿੰਗ ਇੰਟਰਨੈਟ ਨਾਲ ਅਸੀਂ ਚੈਟਿੰਗ ਵੀ ਕਰ ਸਕਦੇ ਹਾਂ ਇਸ ਤੇ ਵਰਤੋਂ ਨਾਲ ਅਸੀਂ ਦੁਨੀਆ ਵਿੱਚ ਕਿਸੇ ਵੀ ਵਿਅਕਤੀ ਨਾਲ ਲਿਖਤੀ ਸੰਦੇਸ਼ ਰਾਹੀਂ ਗੱਲਬਾਤ ਕਰ ਸਕਦੇ ਹਾਂ ਬੈਂਕਿੰਗ ਸੇਵਾਵਾਂ ਹੁਣ ਅਸੀਂ ਇੰਟਰਨੈਟ ਤੇ ਵਰਤੋਂ ਕਰਦੇ ਹੋਏ ਬੈਂਕਿੰਗ ਨਾਲ ਸੰਬੰਧੇ ਬਹੁਤ ਸਾਰੇ ਕੰਮ ਕਰ ਬੈਠੇ ਇੰਟਰਨੈਟ ਬੈਂਕਿੰਗ ਦੀ ਸਹਾਇਤਾ ਨਾਲ ਕਰ ਸਕਦੇ ਹਾਂ ਵੀਡੀਓ ਕਾਨਫਰencing ਵੀਡੀਓ ਕਾਨਫਰencing ਵਿੱਚ ਕੋਈ ਵੀ 2 ਜਾਂ 2 ਤੋਂ ਵੱਧ ਵਿਅਕਤੀ ਇੱਕ ਦੂਜੇ ਨੂੰ ਵੇਖਦੇ ਹੋਏ ਗੱਲਬਾਤ ਕਰ ਸਕਦੇ ਹਨ ਇਸ ਕੰਮ ਲਈ ਵੀਡੀਓ ਕਾਨਫਰencing ਵਿੱਚ ਭਾਗ ਲੈਣ ਵਾਲੇ ਵਿਅਕਤੀਆਂ ਦੇ ਕੰਪਿਊਟਰਾਂ ਵਿੱਚ ਵੈਬ ਕੈਮਰਾ ਲੱਗਿਆ ਹੋਣਾ ਚਾਹੀਦਾ ਹੈ ਜੇਕਰ ਕੰਪਿਊਟਰ ਵਿੱਚ ਨਹੀਂ ਲੱਗਿਆ ਤਾਂ ਐਕਸਟਰਨਲ ਵੈਬ ਕੈਮ ਲਗਾ ਕੇ ਆਪਾਂ ਵੀਡੀਓ ਕਾਲਿੰਗ ਕਰ ਸਕਦੇ ਹਾਂ ਇੰਟਰਨੈਟ ਕਨੈਕਸ਼ਨ ਇੰਟਰਨੈਟ ਕਨੈਕਸ਼ਨਾਂ ਦੇਆਂ ਕਿਸਮਾਂ ਡਾਇਲਅਪ ਕਨੈਕਸ਼ਨ ਬ੍ਰੌਡਬੈਂਡ ਕਨੈਕਸ਼ਨ ਵਾਇਰਲੈਸ डी एस एल और आई एस डी एन इंटीग्रेट सर्विस सर्विसिज डिजिटल नेटवर्क) सब तो पहला जो डायलप कनेक्शन है कि टेलीफोन की लाइन या सैलूलर जंत्र के द्वारा स्थापित किए जाते हैं ये कनैक्शन उन्हज़र द्वारा वरते जाते हैं जो कद इंटरनेट का इस्तेमाल करते हैं यानी कि जो घट स्पीड वाला जो नॉर्मल इंटरनेट यूज करते हैं ब्रॉडबैंड कनैक्शन जिसके स्पीड बहुत फास्ट होंगी है जिस डाटा बहुत फास्ट अपलोड और डाउनलोड कर सकते हैं इसकी जरूरत बिजनेस सेंटर या फिर यूनिवर्सिटिया को अपना स्थाई इंटरनेट कनैक्शन हों ब्रॉडबैंड जरूरत महसूस करते हैं उन्होंने को दिता जाता है छोटे व्यापारी या परसनल यूजर के कोल अपना एक व्यक्तिगत डी दी एस एल डिजिटल सबसक्राइबर लाइन कनैक्शन होंगे है जो कि उन्होंने एक इंटरनैट से स्थाई कनैक्शन प्रदान करता है इस सुविधा डायलॉप कनैक्शन नालों महंगी होंगी है अजकल डायलॉप कनैक्शन यूज नहीं किया जाता अचक ज़्यादातर ब्रॉडबैंड कनैक्शन वरत्या जाता है अपना हर कोई जेकर कनैक्शन लेंद ब्रॉडबैंड कनैक्शन लेंता अपने नैट की स्पीड बहुत फास्ट हो सैकंड है मॉडर्म इसमें मॉडर्म का पूरा नाम मॉडुलेटर डिमोडूलेटर ਮੋਡਮ ਇੱਕ ਜਿਹਾ ਯੰਤਰ ਹੈ ਜਿਸ ਦੁਆਰਾ ਕੰਪਿਊਟਰ ਟੈਲੀਫੋਨ ਜਾਂ ਕੇਬਲ ਦੀਆਂ ਲਾਈਨਾਂ ਦੁਆਰਾ ਡਾਟਾ ਦਾ ਸੰਚਾਰ ਕਰਦਾ ਹੈ ਕੰਪਿਊਟਰ ਵਿੱਚ ਸੂਚਨਾ ਡਿਜੀਟਲ ਰੂਪ ਵਿੱਚ ਸਟੋਰ ਹੁੰਦੀ ਹੈ ਅਤੇ ਜਦੋਂ ਕਿ ਟੈਲੀਫੋਨ ਦੀਆਂ ਲਾਈਨਾਂ ਦੁਆਰਾ ਡਾਟਾ ਨੂੰ ਐਨਾਲੌਗ ਸਿਗਨਲ ਦੇ ਰੂਪ ਵਿੱਚ ਭੇਜਿਆ ਜਾਂਦਾ ਹੈ ਮੋਡਮ ਐਨਾਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਡਿਜੀਟਲ ਨੂੰ ਐਨਾਲੌਗ ਸਿਗਨਲ ਵਿੱਚ ਤਬਦੀਲ ਕਰਦਾ ਹੈ ਇਹ ਇਸ ਦਾ ਮੇਨ ਕੰਮ ਹੈ ਕਿ ਕੇਬਲ ਦੇ ਨਾਲ ਆਪਾਂ ਜਦੋਂ ਜੋੜਦੇ ਹਾਂ ਤਾਂ ਮੋਡਮ ਦੇ ਔਰਤ ਤੋਂ ਕੀਤੀ ਜਾਂਦੇ ਹੈ ਮੋਡਮ ਐਨਲੌਗ ਸਿਗਨਲ ਨੂੰ ਜੋ ਕਿ ਆਪ ਨੂੰ ਕੇਬਲ ਰਾਹੀਂ ਆਉਂਦਾ ਹੈ ਉਸ ਨੂੰ ਡਿਜੀਟਲ ਦੇ ਵਿੱਚ ਕਨਵਰਟ ਕਰਦਾ ਹੈ ਡਿਜੀਟਲ ਨੂੰ ਐਨਲੌਗ ਦੇ ਵਿੱਚ ਤਬਦੀਲ ਕਰਦਾ ਹੈ ਮੋਡਮ ਦੀ ਕਿਸਮ ਅਨੁਸਾਰ ਉਹਨਾਂ ਦੀ ਸਪੀਡ ਅਲੱਗ-ਅਲੱਗ ਹੁੰਦੀ ਹੈ ਤੇ ਮਿਰਫਤਾਰ ਦੇ ਮੋਡਮ ਮੈਸੇਜ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਜ਼ਿਆਦਾ ਸਮਾਂ ਲਗਾਉਂਦੇ ਹਨ ਜੇਕਰ ਡਾਟਾ ਟਰਾਂਸਮਿਸ਼ਨ ਕਰਨ ਵਾਲੇ ਕੰਪਿਊਟਰਾਂ ਦੇ ਮੋਡਮ ਦੀ ਰਫ਼ਤਾਰ ਅਲੱਗ-ਅਲੱਗ ਹੋਵੇਗੀ ਤਾਂ ਫਾਈਲਾਂ ਨੂੰ ਇੰਟਰਨੈਟ ਤੋਂ ਕਾਪੀ ਕਰਨ ਵਿੱਚ ਜ਼ਿਆਦਾ ਸਮਾਂ ਲੱਗੇਗਾ ਅਤੇ ਡਾਟਾ ਟਰਾਂਸਮਿਸ਼ਨ ਤੇਵੇਂ ਗਤੀ ਵਾਲੇ ਮੋਡਮ ਦੇ ਅਨੁਸਾਰ ਹੋਵੇਗੀ ਇਸ ਕਰਕੇ ਜਦੋਂ ਵੀ ਤੁਸੀਂ ਇੰਟਰਨੈਟ ਕਨੈਕਸ਼ਨ ਲੈਂਦੇ ਹੋ ਤਾਂ ਜ਼ਿਆਦਾ ਸਪੀਡ ਵਾਲਾ ਮੋਡਮ ਯੂਜ਼ ਕਰਨਾ ਚਾਹੀਦਾ ਹੈ ਤਾਂ ਕਿ ਆਪਣੀ ਸਪੀਡ ਹਾਈ ਮਿਲ ਸਕੇ ਆਪ ਨੂੰ ਜ਼ਿਆਦਾ ਸਪੀਡ ਮਿਲ ਸਕੇ ਮੋਡਮ ਦੇ ਕਿਸਮਾਂ ਮਾਡਮ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਐਕਸਟਰਨਲ ਮਾਡਮ ਜਾਨੀ ਕਿ ਬਾਹਰੀ ਮਾਡਮ ਔਰ ਇੱਕ ਇੰਟਰਨਲ ਮਾਡਮ ਬਾਹਰੀ ਮਾਡਮ ਇਸ ਤਰ੍ਹਾਂ ਦਾ ਹੁੰਦਾ ਹੈ ਜੋ ਕੇਵਲ ਦੇ ਮਦਰ ਨਾਲ ਕੰਪਿਊਟਰ ਦੇ ਨਾਲ ਜੋੜਿਆ ਜਾਂਦਾ ਹੈ ਔਰ ਅੰਦਰੂਨੀ ਮਾਡਮ ਨੂੰ ਕੰਪਿਊਟਰ ਦੇ ਮਦਰਬੋਰਡ ਦੇ ਉੱਪਰ ਹੀ ਅੰਦਰ ਫਿੱਟ ਕੀਤਾ ਜਾਂਦਾ ਹੈ ਇੰਟਰਨੈਟ ਸਰਵਿਸ ਪ੍ਰੋਵਾਈਡਰ ਇੰਟਰਨੈਟ ਸਰਵਿਸ ਪ੍ਰੋਵਾਈਡਰ ਤੋਂ ਮਤਲਬ ਹੈ ਕਿ ਜੋ ਆਪਾਂ ਨੂੰ ਇੰਟਰਨੈਟ ਦੀ ਸਰਵਿਸ ਕੰਪਨੀ ਪ੍ਰਦਾਨ ਕਰਦੇ ਹੈ ਜਿਸ ਤਰ੍ਹਾਂ ਕਿ Airtel, Vodafone, BSNL ਜਾਂ ਇਸ ਤੋਂ ਬਿਨਾ ਅਥਵੇ ਵਾਲੇ ਦਿੰਦੇ ਹਨ ਜਾਂ ਕੋਈ ਹੋਰ ਸੇਵਾ ਬ੍ਰੌਡਬੈਂਡ ਹੈ ਕਿੰਨੇ ਵੀ ਬ੍ਰੌਡਬੈਂਡ ਕਨੈਕਸ਼ਨ ਦੇਣ ਵਾਲੀਆਂ ਕੰਪਨੀਆਂ ਹਨ ਜੋ ਆਈਐਸਪੀ ਹਨ ਤਾਂ ਆਈਐਸਪੀ ਦੇ ਜਦੋਂ ਕਨੈਕਸ਼ਨ ਲੈਣੇ ਹ ਤਾਂ ਆਪਾਂ ਨੂੰ ਇੱਕ ਆਈਪੀ ਪ੍ਰੋਵਾਈਡ ਕਰਵਾਉਂਦੇ ਹਨ ਆਪਣਾ ਆਈਐਸਪੀ ਅਕਾਊਂਟ ਪੰਦਾ ਹੈ ਜਿਸ ਵਿੱਚ ਆਪਣਾ ਬ੍ਰੌਡਬੈਂਡ ਮੋਡਮ ਪ੍ਰੋਵਾਈਡ ਕਰਦੇ ਹਨ ਔਰ ਜਿਤੇ ਮਰ ਨਾਲ ਆਪਾਂ ਇੰਟਰਨੈਟ ਯੂਜ਼ ਕਰ ਸਕਦੇ ਹਾਂ ਇਸ ਤੇ ਵੱਖ-ਵੱਖ ਪਲਾਨ ਹੁੰਦੇ ਹਨ ਮੰਥਲੀ ਚਾਰਜ ਕੋਈ ਅਨਲਿमिटेड ਪਲਾਨ ਹੁੰਦਾ ਹੈ ਕੋਈ ਲਿਮਟਿਡ ਪਲਾਨ ਹੁੰਦਾ ਹੈ ਕਿਸੇ ਵਿੱਚ ਸਪੀਡ ਦਾ ਫਰਕ ਹੁੰਦਾ ਹੈ ਇਹ ਜਿਸ ਤਰ੍ਹਾਂ ਆਪਾਂ ਪੇ ਕਰਦੇ ਹਾਂ ਉਸੇ ਸਨਾਲ ਆਪ ਨੂੰ ਕਨੈਕਸ਼ਨ ਦਿੱਤਾ ਜਾਂਦਾ ਹੈ ਇੰਟਰਨੈਟ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਇੰਟਰਨੈਟ ਦੁਆਰਾ ਕੀ ਕੀ ਵਰਲਡ ਵਾਈਡ ਵੈਬ ਇਹ ਸਰਵਿਸ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਨਾਲ ਆਪਾਂ ਦੁਨੀਆ ਦੇ ਕਿਸੇ ਵੀ ਕੋਨੇ ਉੱਪਰ ਬੈਠ ਕੇ ਦੁਨੀਆ ਦੇ ਕਿਸੇ ਕੋਨੇ ਬਾਰੇ ਆਪਾਂ ਜਾਣਕਾਰੀ ਹਾਸਲ ਕਰ ਸਕਦੇ ਹਾਂ ਦੁਨੀਆ ਬਾਰੇ ਸਰਚ ਕਰ ਸਕਦੇ ਹਾਂ ਔਰ ਕਿਸੇ ਵੀ ਕੰਪਿਊਟਰ ਦੇ ਨਾਲ ਕਿਸੇ ਕਲਾਇੰਟ ਦੇ ਨਾਲ ਆਪਾਂ ਕਨੈਕਟ ਹੋ ਸਕਦੇ ਹਾਂ ਇਲੈਕਟ੍ਰੋਨਿਕ ਮੇਲ ਇੰਟਰਨੈਟ ਦੀ ਮਦਦ ਨਾਲ ਇਲੈਕਟ੍ਰੋਨਿਕ ਮੇਲ ਭੇਜ ਸਕਦੇ ਹਾਂ ਜਿਸ ਉੱਪਰ ਕੋਈ ਖਰਚਾ ਨਹੀਂ ਆਉਂਦਾ ਜਿਸ ਵਿੱਚ ਆਪਾਂ ਟੈਕਸਟ ਵੀ ਭੇਜ ਸਕਦੇ ਹਾਂ ਵੀਡੀਓ ਆਡੀਓ ਤੇ ਹੋਰ ਫਾਈਲਾਂ ਨੂੰ ਵੀ ਭੇਜਿਆ ਜਾ ਸਕਦਾ ਹੈ ਅੱਜ ਦੇ ਸਮੇਂ ਈਮੇਲ ਇੰਟਰਨੈਟ ਦੀ ਸਭ ਤੋਂ ਮਸ਼ਹੂਰ ਸੇਵਾ ਵਜੋਂ ਜਾਣੇ ਜਾਂਦੇ ਹੈ ਚਾਹੇ ਕੰਪਨੀ ਨੇ ਆਪਣਾ ਬਿੱਲ ਭੇਜਣਾ ਹੈ ਕਿਸੇ ਨੂੰ ਚਾਹੇ ਆਪਾਂ ਕਿਸੇ ਨੂੰ ਮੈਸੇਜ ਭੇਜਣਾ ਹੈ ਜਾਂ ਕੋਈ ਡਾਟਾ ਇਹ ਕੋਈ ਟੇਬਲ ਸੈਂਡ ਕਰਨਾ ਹੈ ਤਾਂ ਉਹ ਸਾਰਾ ਮੇਲ ਰਾਈਂ ਭੇਜਿਆ ਜਾਂਦਾ ਹੈ ਖਰਚ ਈਮੇਲ ਦੇ ਲਾਭ ਈਮੇਲ ਦੇ ਲਾਭ ਕੀ ਹਨ ਖਰਚ ਇਸ ਉੱਪਰ ਕੋਈ ਖਰਚ ਨਹੀਂ ਆਉਂਦਾ ਬਿਲਕੁਲ ਫ੍ਰੀ ਹੈ ਜਿਸ ਤਰ੍ਹਾਂ ਪਹਿਲਾਂ ਚਿੱਠੀ ਪੱਤਰ ਭੇਜਿਆ ਜਾਂਦਾ ਸੀ ਉਸ ਉੱਪਰ ਸਟੈਂਪ ਲਾਉਣੀ ਪੈਂਦੀ ਸੀ ਟਿਕਟ ਲਾ ਕੇ ਫਿਰ ਭੇਜਿਆ ਜਾਂਦਾ ਸੀ ਪਰ ਈਮੇਲ ਕਰਨ ਵਿੱਚ ਕੋਈ ਖਰਚ ਨਹੀਂ ਆਉਂਦਾ ਦੂਸਰਾ ਇਹ ਤਾਂ ਹੈ ਫਾਇਦਾ ਰਫਤਾਰ ਜਦੋਂ ਆਪਾਂ ਇਹਦੇ ਟਾਈਪਿੰਗ ਕਰਕੇ ਇਥੋਂ ਸੈਂਡ ਕਰਦੇ ਹਾਂ ਨਾਲ ਦੀ ਨਾਲ ਆਪਣੀ ਮੇਲ ਅਗਲੇ ਕੋਲੇ ਪਹੁੰਚ ਜਾਂਦੀ ਹੈ ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ ਜੇਕਰ ਚਿੱਠੀ ਪੱਤਰ ਭੇਜਦੇ ਸੀ ਤਾਂ ਕਈ ਦਿਨ ਲੱਗਦੇ ਸੀ ਉਸ ਤੱਕ ਪਹੁੰਚਣ ਲੱਗਿਆ ਪਰ ਈਮੇਲ ਉਸੇ ਟਾਈਮ ਇਹ ਅਗਲੇ ਕੋ ਸੈਕਿੰਡ ਦੇ ਵਿੱਚ ਉਸ ਕੋਲੇ ਪਹੁੰਚ ਜਾਂਦੀ ਹੈ ਸਹੂਲਤ ਇਹਦੀ ਸਹੂਲਤ ਬਹੁਤ ਹੈ ਕਿ ਆਪਾਂ ਨੂੰ ਈਮੇਲ ਕਰਨ ਵਾਸਤੇ ਕਿਸੇ ਕੋਲ ਜਾਣਾ ਨਹੀਂ ਪੈਂਦਾ ਯਾਨੀ ਕਿ ਪੋਸਟ ਆਫਿਸ ਜਾ ਕੇ ਜਾਂ ਕਿਸੇ ਹੋਰ ਆਫਿਸ ਜਾ ਕੇ ਆਪਾਂ ਈਮੇਲ ਕਰਾਂਗੇ ਆਪਾਂ ਘਰ ਬੈਠੇ ਈਮੇਲ ਕਰ ਚੱਦੇ ਹਾਂ ਇਸ ਵਾਸਤੇ ਨਾ ਕੋਈ ਕਾਗਜ਼ੀ ਲੋੜ ਹੁੰਦੀ ਹੈ ਨਾ ਕੋਈ ਦਾ ਖਰਚਾ ਆਉਂਦਾ ਹੈ ਤੇ ਨਾ ਹੀ ਕੋਈ ਹੋਰ ਸਮੱਸਿਆ ਆਉਂਦੀ ਹੈ ਈ-ਕਮਰਸ ਈ-ਕਮਰਸ ਇੰਟਰਨੈਟ ਦੀ ਬਹੁਤ ਹੀ ਮਹੱਤਵਪੂਰਨ ਸਹੂਲਤ ਹੈ ਈ-ਕਮਰਸ ਦਾ ਮਤਲਬ ਕਿਸੇ ਵੀ ਬਿਜ਼ਨਸ ਨੂੰ ਸਮੇਂ ਅਤੇ ਦੂਰੀ ਦੀਆਂ ਸੀਮਾਵਾਂ ਤੋਂ ਹਟ ਕੇ ਵਪਾਰ ਕਰਨ ਦੀ ਯੋਗਤਾ ਹੈ ਜਿਸ ਤਰ੍ਹਾਂ ਕਿ ਆਪਾਂ ਆਨਲਾਈਨ ਬੈਠੇ ਸ਼ਾਪਿੰਗ ਕਰਦੇ ਹਾਂ ਆਪਾਂ ਨੂੰ ਨਹੀਂ ਪਤਾ ਕਿ ਉਹ ਆਪਣੇ ਦੇਸ਼ ਦੇ ਕਿਸ ਕੋਨੇ ਵਿੱਚ जो सप्लायर है जो माल वेच वाला बैठा हुआ है। है, है, हो आप सिर्फ ऑनलाइन वैबसाइट पर चैक करते हैं चाहे वह एमाजॉन है फ्लिपकार्ट कोई होर है उसके ऊपर आप देख के चीज़ न बुक कर दें और उस तो बाद अपने को समान पहुँच जाता है सोशल नैटवर्क साइट्स जिस तरह के फेसबुक है ट्विटर है लिंकड इन है और फ्लिकर है इस तरह ने सोशल नैटवर्क ਕਿੰ ਵੈਬਸਾਈਟਾਂ ਮਿਲਦੀਆਂ ਹਨ ਜਿਨ੍ਹਾਂ ਦੇ ਉੱਪਰ ਲੋਕ ਆਪਣੇ ਗਰੁੱਪ ਬਣਾ ਕੇ ਇੱਕ ਦੂਸਰੇ ਨਾਲ ਆਪਣੀ ਜਾਣਕਾਰੀ ਸਾਂਝੀ ਕਰਦੇ ਹਨ ਜਾਂ ਆਪਣੇ ਪਰਿਵਾਰਕ ਗਰੁੱਪ ਬਣਾਉਂਦੇ ਹਨ ਇੱਕ ਦੂਜੇ ਨੂੰ ਦੁੱਖ ਸੁੱਖ ਦਾ ਮੈਸੇਜ ਆਸਾਨੀ ਨਾਲ ਦੇ ਸਕਦੇ ਹਨ ਇਸ ਤਰ੍ਹਾਂ ਇਹ ਫੈਸਿਲਿਟੀ ਵੀ ਇੰਟਰਨੈਟ ਰਾਹੀਂ ਦਿੱਤੀ ਜਾਂਦੀ ਹੈ ਵੀਡੀਓ ਕਾਨਫਰੈਂਸ ਇੰਟਰਨੈਟ ਦੀ ਮਦਦ ਨਾਲ ਆਪਾਂ ਵੀਡੀਓ ਕਾਨਫਰੈਂਸ ਕਰ ਸਕਦੇ ਹਾਂ ਜਿਸ ਨਾਲ ਜਿਸ ਤਰ੍ਹਾਂ ਕਿ ਤੁਸੀਂ ਅੱਜਕੱਲ੍ਹ ਦੇਖਦੇ ਹੋ ਕਿ ਲਾਕਡਾਊਨ ਲੱਗਣ ਤੋਂ ਬਾਅਦ ਅੱਜਕੱਲ ਸਾਰੇ ਸਟੂਡੈਂਟਾਂ ਦੇ ਕਲਾਸਾਂ ਸਾਰੀਆਂ ਆਨਲਾਈਨ ਹੋ ਰਹੀਆਂ ਹਨ ਉਹ ਵੀ ਇੱਕ ਵੀਡੀਓ ਕਾਨਫਰੈਂਸ ਹੈ ਚੈਟਿੰਗ ਚੈਟਿੰਗ ਇੰਟਰਨੈਟ ਉੱਤੇ ਆਨਲਾਈਨ ਗੱਲਬਾਤ ਕਰਨ ਦਾ ਇੱਕ ਅਜਿਹਾ ਤਰੀਕਾ ਹੈ ਜਿਸ ਵਿੱਚ ਅਸੀਂ ਇੱਕ ਦੂਜੇ ਨਾਲ ਆਨਲਾਈਨ ਲਿਖਤੀ ਰੂਪ ਵਿੱਚ ਸੰਦੇਸ਼ ਭੇਜ ਕੇ ਗੱਲਬਾਤ ਕਰ ਸਕਦੇ ਹਾਂ ਅਤੇ ਉਸ ਸਮੇਂ ਉਹ ਸੰਦੇਸ਼ ਦਾ ਜਵਾਬ ਵੀ ਪ੍ਰਾਪਤ ਕਰ ਸਕਦੇ ਹਾਂ ਇਸ ਤਰ੍ਹਾਂ ਚੈਟਿੰਗ ਦਾ ਅਰਥ ਹੋਇਆ ਸ਼ਬਦਾਂ ਨਾਲ ਲਿਖਤੀ ਰੂਪ ਵਿੱਚ ਗੱਲਬਾਤ ਕਰਨਾ ਜਾਨੇ ਕਿ ਆਪਾਂ ਜਿਵੇਂ WhatsApp ਤੇ ਮੈਸੇਜ ਕਰਦੇ ਆ ਜਾਂ Messenger ਤੇ ਮੈਸੇਜ ਕਰਦੇ ਹਾਂ ਇਸ ਨੂੰ ਚੈਟਿੰਗ ਕਿਹਾ ਜਾਂਦਾ ਹੈ ਔਰ ਇਸ ਵਿੱਚ ਜ਼ਿਆਦਾਤਰ ਆਪਾਂ ਲਿਖਤੀ ਰੂਪ ਵਿੱਚ ਮੈਸੇਜ ਭੇਜਦੇ ਹਾਂ ਔਰ ਲਿਖਤੀ ਰੂਪ ਵਿੱਚ ਹੀ ਆਪਾਂ ਨੂੰ ਉਸ ਦਾ ਉੱਤਰ ਮਿਲ ਜਾਂਦਾ ਹੈ ਵੈਬ ਉੱਪਰ ਕੁਝ ਲੱਭਣਾ ਇੰਟਰਨੈਟ ਦੇ ਮਦਦ ਨਾਲ ਆਪਾਂ ਵੈਬ ਦੇ ਉੱਪਰ ਕੁਝ ਵੀ ਸਰਚ ਕਰ ਸਕਦੇ ਹਾਂ ਜਿਸ ਚੀਜ਼ ਦੀ ਆਪ ਨੂੰ ਜਾਣਕਾਰੀ ਚਾਹੀਦੀ ਹੈ ਚਾਹੇ ਆਪਾਂ ਕਿਸੇ ਸਬੰਧਿਤ ਚਾਹੇ ਆਪਾਂ ਕਿਸੇ ਵੀ ਫੀਲਡ ਨਾਲ ਸੰਬੰਧਿਤ ਜਾਣਕਾਰੀ ਲੈਣੀ ਹੋਵੇ ਚਾਹੇ ਸਪੋਰਟਸ ਨਾਲ ਚਾਹੇ ਐਜੂਕੇਸ਼ਨ ਨਾਲ ਚਾਹੇ ਕੰਪਿਊਟਰ ਨਾਲ ਚਾਹੇ ਬਿਜ਼ਨਸ ਨਾਲ ਸਾਰੀ ਜਾਣਕਾਰੀ ਵੈਬ ਤੇ ਉੱਪਰ ਆਪਾਂ ਨੂੰ ਮਿਲਦੀ ਹੈ ਸਰਚ ਕਰਨ ਦੇ ਤਰੀਕੇ ਜੇ ਤੁਸੀਂ ਇੰਟਰਨੈਟ ਤੇ ਸਰਚ ਕਰਦੇ ਹੋ ਤਾਂ ਕੁਝ ਗੱਲਾਂ ਧਿਆਨ ਰੱਖਣਾ ਚਾਹੀਦਾ ਹੈ ਇਸ ਵਿੱਚ ਨਿਸ਼ਾਨ ਦੇ ਵਰਤੋਂ ਕੀਤੀ ਜਾਂਦੀ ਹੈ ਕਿ ਜਮਾਂ ਦਾ ਨਿਸ਼ਾਨ ਇੱਕ ਘਟਾਓ ਦਾ ਨਿਸ਼ਾਨ ਜਮਾਂ ਦੇ ਨਿਸ਼ਾਨ ਦਾ ਮਤਲਬ ਕੀ ਹੁੰਦਾ ਕਿ ਖੋਜ ਨਤੀਜੇ ਵਿੱਚ ਉਹ ਮੌਜੂਦ ਹੋਣਾ ਚਾਹੀਦਾ ਹੈ ਔਰ ਘਟਾਓ ਦਾ ਮਤਲਬ ਕਿ ਉਸ ਵਿੱਚੋਂ ਮੌਜੂਦ ਨਹੀਂ ਹੋਣਾ ਚਾਹੀਦਾ ਵਾਕੰਸ਼ ਨੂੰ ਦਰਸਾਉਣ ਲਈ ਕੋਟੇਸ਼ਨ ਮਾਰਕ ਦੇ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਇਸ ਦੇ ਵਿੱਚ ਸਰਚ ਕੀਤਾ ਗਿਆ ਹੈ 쿠ਕੀ ਰੈਸਪੀ ਮਾਈਨਸ ਰਾਈਸ ਤਾਂ ਇਸ ਦਾ ਮਤਲਬ ਹੈ ਕਿ 쿠ਕੀ ਰੈਸਪੀ ਆਪਾਂ ਸਰਚ ਕਰ ਰਹੇ ਹਾਂ ਜਿਸ ਵਿੱਚ ਰਾਈਸ ਨੂੰ ਛੱਡ ਕੇ ਉਸ ਤੋਂ ਬਿਨਾਂ ਰੈਸਪੀ ਚਾਹੀਦੀ ਹੈ ਇਸ ਤਰ੍ਹਾਂ ਜੇਕਰ ਤੁਸੀਂ ਇੱਥੇ ਪਲੱਸ ਕਰਦੇ ਤਾਂ ਉਸ ਵਿੱਚ ਉਹਦਾ ਮਤਲਬ ਹੋਣਾ ਸੀ ਕਿ ਉਸ ਵਿੱਚ 쿠ਕੀ ਰੈਸਪੀ ਚਾਹੀਦੀ ਹੈ ਜਿਸ ਵਿੱਚ ਰਾਈਸ ਐਡ ਹੋਣਾ ਚਾਹੀਦਾ ਹੈ ਇੰਟਰਨੈਟ ਦੀ ਵਰਤੋਂ ਲਈ ਲੋੜੀਂਦੇ ਟੂਲ ਅਤੇ ਸਕਿੱਲ ਉਸ ਵਿੱਚ ਟੂਲ ਆਪਾਂ ਨੂੰ ਕੀ ਇਹ ਦਿੰਦੇ ਨੇ ਈਮੇਲ ਪ੍ਰੋਗਰਾਮ ਨਿਊਜ਼ ਰੀਡਰ ਚਾਹੀਦਾ ਹੈ ਵੈਬ ਬ੍ਰਾਊజర్ ਔਰ ਐਫਟੀਪੀ ਸੌਫਟਵੇਅਰ ਫਾਈਲ ਟ੍ਰਾਂਸਫਰ ਜੋ ਸੌਫਟਵੇਅਰ ਵੈਬ ਬ੍ਰਾਊジング ਵੈਬ ਬ੍ਰਾਊジング ਦਾ ਮਤਲਬ ਕੀ ਹੁੰਦਾ ਕਿ ਜਦੋਂ ਵੀ ਆਪਾਂ ਨੈਟ ਨੂੰ ਯੂਜ਼ ਕਰਦੇ ਹਾਂ ਗੂਗਲ ਤੇ ਜਾਂ ਆਪਾਂ ਕਿਸੇ ਉਚਿਤ ਕੋਈ ਵੈਬਸਾਈਟਾਂ ਸਰਚ ਕਰਦੇ ਹਾਂ ਵੈਬਸਾਈਟ ਦੇ ਵਿੱਚ ਆਪਾਂ ਕੋਈ ਹੋਰ ਜਾਣਕਾਰੀ ਹਾਸਲ ਕਰਦੇ ਹਾਂ ਉਸ ਨੂੰ ਵੈਬ ਬ੍ਰਾਊジング ਕਿਹਾ ਜਾਂਦਾ ਹੈ ਯਾਦ ਰੱਖਣ ਜੋ ਗੱਲਾਂ ਇੰਟਰਨੈਟ ਨੈਟਵਰਕਾਂ ਦਾ ਇੱਕ ਵਿਸ਼ਾਲ ਨੈਟਵਰਕ ਹੈ ਜੋ ਸੰਸਾਰ ਵਿੱਚ ਫੈਲੇ ਲੱਖਾਂ ਕੰਪਿਊਟਰਾਂ ਤੋਂ ਬਣਿਆ ਹੈ ਨੰਬਰ 2 ਈਮੇਲ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਸੰਦੇਸ਼ ਭੇਜਣ ਅਤੇ ਪ੍ਰਾਪਤ ਕਰਨ ਲਈ ਇੰਟਰਨੈਟ ਦੀ ਇੱਕ ਮਹੱਤਵਪੂਰਨ ਸੇਵਾ ਹੈ ਇੰਟਰਨੈਟ ਐਕਸਪਲੋਰਰ ਇੱਕ ਆਮ ਵਰਤੇ ਜਾਣ ਵਾਲਾ ਵੈੱਬ ਬ੍ਰਾਊਜ਼ਰ ਹੈ ਜਿਸ ਨੂੰ ਮਾਈਕਰੋਸਾਫਟ ਨੇ ਬਣਾਇਆ ਹੈ ਹਰ ਵੈੱਬ ਪੇਜ ਦਾ ਆਪਣਾ ਇੱਕ ਵੱਖਰਾ ਐਡਰੈਸ ਹੁੰਦਾ ਹੈ ਜਿਸ ਨੂੰ ਯੂਨੀਫਾਰਮ ਰਿਸਰਚ ਲੋਕੇਟਰ ਯੂਆਰਐਲ ਕਿਹਾ ਜਾਂਦਾ ਹੈ वर्ल्ड वाइड वेब ਜਾਣਕਾਰੀ ਦੇ ਸੰਗ੍ਰਹਿ ਹੈ ਜਿਸ ਤੇ ਵਰਤੋਂ ਇੰਟਰਨੈਟ ਰਾਹੀਂ ਕੀਤੀ ਜਾਂਦੀ ਹੈ ਜਾਣਕਾਰੀ ਦੀ ਪਾਲ ਵਿੱਚ ਇੱਕ ਵੈਬ ਪੇਜ ਤੇ ਦੂਜੇ ਵੈਬ ਪੇਜ ਤੇ ਜਾਣਾ ਜਾਂ ਇੱਕ ਵੈਬਸਾਈਟ ਤੋਂ ਦੂਜੀ ਵੈਬਸਾਈਟ ਤੇ ਜਾਣ ਨੂੰ ਵੈਬ ਬ੍ਰਾਊジング ਵਜੋਂ ਜਾਣਿਆ ਜਾਂਦਾ ਹੈ ਖਾਲੀ ਥਾਂਵਾਂ ਅਭਿਆਸ ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਸ ਕਿਹਾ ਜਾਂਦਾ ਹੈ ਕਿਸ ਨੂੰ ਇੰਟਰਨੈਟ ਨੂੰ ਕਿਹਾ ਜਾਂਦਾ ਹੈ ਐਡਾ ਉੱਤਰ ਇਸਦਾ ਹੈ ਡਬਲਯੂ ਡਬਲਯੂ ਦਾ ਡਬਲਯੂ ਡਬਲਯੂ ਦਾ ਮਤਲਬ ਹੈ ਵਰਲਡ ਵਾਈਡ ਵੈਬ ਉਹਦਾ ਇਸਦਾ ਸਹੀ ਉੱਤਰ ਹੈ ਡੈਸ਼ ਇੰਟਰਨੈਟ ਉੱਪਰ ਆਨਲਾਈਨ ਗੱਲਬਾਤ ਕਰਨਾ ਹੁੰਦਾ ਹੈ ਯਾਨੀ ਕਿ ਚੈਟਿੰਗ ਦਾ ਮਤਲਬ ਕੀ ਹੁੰਦਾ ਹੈ ਕਿ ਇੰਟਰਨੈਟ ਦੇ ਉੱਪਰ ਆਨਲਾਈਨ ਗੱਲਬਾਤ ਕਰਨਾ ਹੁੰਦਾ ਹੈ ਮੇਲ ਭੇਜਣ ਦਾ ਸਭ ਤੋਂ ਤੇਜ਼ ਤਰੀਕਾ ਈਮੇਲ ਹੈ ਡੈਸ਼ ਇੱਕ ਡਿਵਾਈਸ ਹੈ ਜੋ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ ਓਕੇ ਹੈ ਮੋਡਮ ਅੱਗੇ ਇਹਨਾਂ ਨੇ ਤੁਸੀਂ ਪੂਰੇ ਨਾਮ ਲਿਖਨੇ ਹਨ ਇਹਨਾਂ ਦੇ ਪੂਰੇ ਨਾਮ ਇਸੇ ਪਾਠ ਦੇ ਵਿੱਚ ਆਪਾਂ ਪੜ ਚੁੱਕੇ ਹਾਂ ਸਾਰੇ www ਇਹਦਾ ਪੂਰਾ ਨਾਮ वर्ल्ड वाइड ਵੈਬ ਇਹ ਸਾਰੇ ਤੁਹਾਨੂੰ ਇਸ ਦੇ ਉੱਪਰ ਮਿਲ ਜਾਣਗੇ ਈਮੇਲ ਦਾ ਮੋਡਮ ਦਾ ਆਰਪਨੇਟ ਦਾ ਆਈਐਸਟੀਐਨ ਦਾ ਟੀਐਸਐਲ ਦਾ ਜੇਕਰ ਫਿਰ ਵੀ ਤੁਹਾਨੂੰ ਕੋਈ ਸਮਝ ਨਹੀਂ ਆਉਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਣਾ ਮੈਂ ਤੁਹਾਨੂੰ ਉਸ ਦਾ ਆਨਸਰ ਦੇਵਾਂਗਾ छोटे उत्तर वाले प्रशन इंटरनेट की है इंटरनेट सर्विस प्रोवाइडर दियाँ कुछ उदाहरण लिखो एक कमर्सन तुम कि समझते हो वैब ब्राउजिंग की है बहुत ईजी क्वेश्चन हैं आप बारे डिस्कस हूँ ही कीती है वे उत्तर वाले प्रश्न मॉडर्न की है इस दस्म रफ्तार संबंधी जानकारी दो ती मॉडर्न परिभाषा लिखनी है और उस दस्म यानी कि इंटरनल और एक्सटरनल अंदरूनी के बारी जो ਮੋਡਮ ਹੁੰਦੇ ਹਨ ਉਹਨਾਂ ਬਾਰੇ ਜਾਣਕਾਰੀ ਦੇਣੀ ਹੈ ਇੰਟਰਨੈਟ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਵਰਣਨ ਕਰੋ ਅਨਲਿਮਿਟਿਡ ਸਹੂਲਤਾਂ ਹਨ ਤੁਸੀਂ ਘੱਟੋ ਘੱਟ 10 ਸਹੂਲਤਾਂ ਬਾਰੇ ਇਸ ਵਿੱਚ ਲਿਖਣਾ ਹੈ ਈਮੇਲ ਕੀ ਹੈ ਈਮੇਲ ਦੇ ਵਰਤੋਂ ਦੇ ਲਾਭ ਲਿਖੋ ਈਮੇਲ ਦੀ ਪਹਿਲਾਂ ਪਰਿਭਾਸ਼ਾ ਲਿਖਣੀ ਦੋ ਲਾਈਨਾਂ ਦੇ ਵਿੱਚ ਫਿਰ ਉਸ ਦੇ ਵਰਤੋਂ ਦੇ ਲਾਭ ਲਿਖਨੇ ਯਾਨੀ ਕਿ ਫਾਸਟਪਾ ਮੇ ਪੇਛਦੇ ਆ ਮੈਸੇਜ ਉਸ ਉੱਪਰ ਕੋਈ ਖਰਚਾ ਨਹੀਂ ਆਉਂਦਾ ਰਿਸਪੌਂਸ ਨਾਲ ਦੇ ਨਾਲ ਆਉਂਦਾ ਹੈ ਈਮੇਲ ਦੁਨੀਆ ਦੇ ਕਿਸੇ ਕੋਨੇ ਤੋਂ ਕਿਸੇ ਕੋਨੇ ਤੇ ਭੇਜੀ ਜਾ ਸਕਦੀ ਹੈ ਇਸ ਤਰ੍ਹਾਂ ਤੁਹਾਨੂੰ ਜੋ ਹੋਰ ਲਾਭ ਇਹ ਤੇ ਯਾਦ ਹਨ ਕਿਸ ਦੇ ਨਾਲ ਆਪਾਂ ਵੀਡੀਓ ਔਰ ਐਨੀਮੇਸ਼ਨ ਵੀ ਭੇਜ ਸਕਦੇ ਹਾਂ वर्ल्ड वाइड वेब ਉੱਪਰ ਨੋਟ ਲਿਖੋ ਇਹਦੇ ਉੱਪਰ ਇੱਕ ਨੋਟ ਲਿਖਣਾ ਹੈ ਇੰਟਰਨੈਟ ਦੁਆਰਾ ਪ੍ਰਦਾਨ ਕੀਤੀਆਂ ਜਾਂਦਿਆਂ ਮੁੱਖ ਸੇਵਾਵਾਂ ਦਾ ਵਰਣਨ ਕਰੋ ਤਾਂ ਇਹ ਸਾਰੀਆਂ ਸੇਵਾਵਾਂ ਤੁਸੀਂ ਚੰਗੀ ਤਰ੍ਹਾਂ ਯੂਜ਼ ਕਰਦੇ ਹੋ ਤੁਹਾਨੂੰ ਸਭ ਪਤਾ ਹੈ ਕਿ ਇਸ ਦਾ ਉੱਤਰ ਕੀ ਲਿਖਣਾ ਹੈ ਐਕਟੀਵਿਟੀ 5 ਤੋਂ 8 ਵਿਦਿਆਰਥੀਆਂ ਦਾ ਗਰੁੱਪ ਬਣਾਓ ਕੰਪਿਊਟਰ ਲੈਬ ਵਿੱਚ ਜਾਓ ਅਤੇ ਇੰਟਰਨੈਟ ਲੇ ਵਰਤੇ ਜਾ ਰਹੇ ਡਿਵਾਈਸ ਦੀ ਲਿਸਟ ਤਿਆਰ ਕਰੋ ਕਿਸੇ ਵੀ ਟੌਪਿਕ ਜਿਵੇਂ ਕਿ ਕਾਰ ਮੋਬਾਈਲ ਕੰਪਿਊਟਰ ਮੋਟਰਸਾਈਕਲ ਆਦਿ ਸੰਬੰਧੀ ਜਾਣਕਾਰੀ ਲੱਭੋ ਇਹਠਾਂ ਦਿੱਤੇ ਅਨੁਸਾਰ ਕੰਮ ਕਰੋ ਕਿਸੇ ਵੀ ਵੈਬ ਬ੍ਰਾਊਜ਼ਰ ਵਿੱਚ www.google.com ਨੂੰ ਓਪਨ ਕਰੋ ਫੌਂਟ ਆਫ ਪੰਜਾਬੀ ਸਰਚ ਕਰੋ ਕਿਸੇ ਵੀ ਟੁਕਮੇ ਨੂੰ ਲਿੰਕ ਉੱਪਰ ਕਲਿੱਕ ਕਰੋ ਤੇ ਫੋਟੋ ਕੰਪਿਊਟਰ ਸਿਸਟਮ ਵਿੱਚ ਕਾਪੀ ਕਰੋ ਨਤੀਜੇ ਨੂੰ ਨੋਟ ਕਰੋ ਇਹ ਤੁਹਾਡੇ ਕੀ ਐਕਟੀਵਿਟੀ ਹਨ ਜੇਕਰ ਇਸ ਪਾਰਟ ਵਿੱਚ ਕੁਝ ਸਮਝ ਨਾ ਆਇਆ ਹੋਵੇ ਤਾਂ ਕਮੈਂਟ ਬਾਕਸ ਵਿੱਚ ਲਿਖੋ ਕਿਸੇ ਕੁਐਸਚਨ ਦਾ ਉੱਤਰ ਤੁਹਾਨੂੰ ਨਹੀਂ ਲੱਭਦਾ ਇਸ ਵਿੱਚ ਤਾਂ ਮੈਂ ਕਮੈਂਟ ਬਾਕਸ ਵਿੱਚ ਲਿਖੋ ਦਾ ਉੱਤਰ ਤੁਹਾਨੂੰ ਦਿੱਤਾ ਜਾਵੇਗਾ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਬਾਕੀ ਸਹਿਪਾਠੀ ਵੀ ਇਸ ਬਾਰੇ ਜਾਣਕਾਰੀ ਹਾਸਲ ਕਰ ਸਕਣ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅੱਗੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕਣ ਇਸ ਸਬੰਧਿਤ ਹੋਰ ਜੋ ਵੀਡੀਓ ਹਨ ਕਲਾਸ 6 ਦੀਆਂ 7 ਦੀਆਂ ਉਹਨਾਂ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ ਤੁਸੀਂ ਉੱਤੇ ਜਾ ਕੇ ਉਸ ਵੀਡੀਓ ਨੂੰ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਧੰਨਵਾਦ